ਲੈ ਕੇ ਹਾਜ਼ਰਾਂ ਪ੍ਰੋਗਰਾਮ ਕਿਸਾਨ ਵੀਰੋ ਮੇਰਾ ਪਿੰਡ ਮੇਰੇ ਖੇ ਸੋ ਕਿਸਾਨ ਵੀਰੋ ਅੱਜ ਸਾਡੀ ਗੱਲਬਾਤ ਦਾ ਜਿਹੜਾ ਵਿਸ਼ਾ ਰਹੇਗਾ ਬਾਹਰੋਂ ਦੀ ਮੱਕੀ ਅਤੇ ਬੇਬੀ ਕਾਰਨ ਦੀ ਕਾਸ਼ਤ ਸੋ ਇਸ ਵਿਸ਼ੇ ਤੇ ਜਿਹੜੇ ਸਾਡੇ ਨਾਲ ਗੱਲਬਾਤ ਕਰਨੇ ਅੱਜ ਸਾਡੇ ਮਾਰ ਹੋਣਗੇ ਡਾਕਟਰ ਗੁਰਜੀਤ ਕੌਰ ਜੀ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਪਣੀਆਂ ਜਿਹੜੀਆਂ ਸੇਵਾਵਾਂ ਨਿਭਾਰੇ ਹਨ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਜਿਵੇਂ ਕਿ ਅੱਜ ਗੱਲ ਕਰਨੀ ਆ ਆ ਕਾਰਨ ਬਾਰੇ ਮੱਕੀ ਬਾਰੇ ਸੋ ਸਭ ਤੋਂ ਪਹਿਲਾਂ ਜਿਹੜਾ ਮਾਡਲ ਆ ਜਿਹੜਾ ਸਵਾਲ ਆ ਮੇਰਾ ਇਹ ਉਹ ਦੀਆਂ ਕਿਸਮਾਂ ਬਾਰੇ ਆ ਜੀ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਹੜੀਆਂ ਕਿਹੜੀਆਂ ਜੜੀਆਂ ਉਨਤ ਕਿਸਮਾਂ ਜੜੀਆਂ ਉਹ ਸਾਡੇ ਕਿਸਾਨ ਵੀਰਾਂ ਦੀ ਜਿਹੜੀ ਝੋਲੀ ਵਿੱਚ ਪਾਈਆਂ ਗਈਆਂ ਹਨ ਜੀ ਤੇ ਉਹ ਕਿਸਮਾਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਤਾਂ ਕਿ ਉਹ ਉਨਤ ਕਿਸਮਾਂ ਬਾਰੇ ਜਾਣਕਾਰ ਹੋ ਕੇ ਤੇ ਉਹੀ ਜਿਹੜੀਆਂ ਸਾਡੇ ਕਿਸਾਨ ਵੀਰੋ ਲਾਉਣਾ ਪਰ ਖੇਤਾਂ 'ਚ ਭਾਰ ਉੱਦੀ ਮੱਕੀ ਪੰਜਾਬ ਦੇ ਵਿੱਚ ਕਾਫੀ ਏਰੀਆ ਦੇ ਵਿੱਚ ਪ੍ਰਚਲਿਤ ਹੋ ਰਹੀ ਹੈ ਸੋ ਇਹਦੇ ਵਾਸਤੇ ਇਹਦੀ ਸਫਲਤਾਪੂਰਨ ਕਾਸ਼ਤ ਵਾਸਤੇ ਯੂਨੀਵਰਸਿਟੀ ਵੱਲੋਂ ਅਲੱਗ-ਅਲੱਗ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ ਇਹਨਾਂ ਸਾਰੀਆਂ ਕਿਸਮਾਂ ਦੇ ਵਿੱਚ ਜਿਵੇਂ ਹਨ ਪੀ 1844 ਪੀ ਐਮ ਐਚ 10 ਡੀ ਕੇ ਸੀ 9108 ਪੀ ਐਮ ਐਚ 8 ਅਤੇ ਪੀ ਐਮ ਐਚ 7 ਸੋ ਇਹ ਸਾਰੀਆਂ ਕਿਸਤਾ ਕਿਸਮਾਂ ਉन्नत ਕਿਸਮਾਂ ਯੂਨੀਵਰਸਿਟੀ ਵੱਲੋਂ ਕੀਤੀਬੜੀ ਵੱਲੋਂ ਤਿਆਰ ਕੀਤੀਆਂ ਗਈਆਂ ਹਨ ਇਹਦੇ ਵਿੱਚੋਂ P1844 ਇੱਕ ਨਵੀਂ ਕਿਸਮ ਹੈ ਜੋ ਕਿ ਇਸ ਸਾਲ ਸਿਫਾਰਿਸ਼ ਕੀਤੀ ਗਈ ਹੈ ਸੋ ਇਹ P1844 ਕਿਸਮ ਦੇ ਬੂਟੇ ਲੰਮੇ ਹੁੰਦੇ ਹਨ ਤੇ ਇਹਦੇ ਵਿੱਚ ਜਿਹੜੀਆਂ ਛੱਲੀਆਂ ਹਨ ਉਹ ਤਕਰੀਬਨ ਦਰਮਿਆਨੀ ਹੀ ਉਚਾਈ ਤੇ ਲੱਗਦੀਆਂ ਹਨ ਤੇ ਇਸ ਦੀਆਂ ਛੱਲੀਆਂ ਦਰਮਿਆਨੀਆਂ ਲੰਬੀਆਂ ਇਕਸਾਰ ਮੋਟੀਆਂ ਅਤੇ ਵੱਧ ਝਾੜ ਦੇਣ ਵਾਲੀਆਂ ਹੁੰਦੀਆਂ ਹਨ ਸੋ ਇਹਦੇ ਤੋਂ ਕਿਸਾਨ ਵੀਰ ਤਕਰੀਬਨ ਇਸ ਦੇ ਦਾਣਿਆਂ ਤੋਂ 32 ਕੁਇੰਟਲ ਝਾੜ ਪ੍ਰਤੀ ਏਕੜ ਲੈ ਸਕਦੇ ਹਨ ਸੋ ਉਸ ਤੋਂ ਬਾਅਦ ਇੱਕ ਪੀਐਮ ਐਚ 10 ਕਿਸਮ ਹੈ ਜਿਹੜੀ ਕਿ ਯੂਨੀਵਰਸਿਟੀ ਵੱਲੋਂ ਵੀ ਸਿਫਾਰਿਸ਼ ਕੀਤੀ ਗਈ ਹੈ ਇਸ ਦਾ ਵੀ ਇਸ ਦੇ ਬੂਟੇ ਲੰਮੇ ਹੁੰਦੇ ਹਨ ਤੇ ਇਸ ਦੀਆਂ ਛੱਲੀਆਂ ਲੰਮੀਆਂ ਤੇ ਮੋਟਾ ਜਿਆਦਾ ਮੋਟਾਈ ਵਾਲੀਆਂ ਹੁੰਦੀਆਂ ਹਨ ਇਸ ਦੇ ਵਿੱਚ ਇੱਕ ਖਾਸ ਗੁਣ ਹੈ ਕਿ ਇਸ ਦੇ ਦਾਣਿਆਂ ਦਾ ਰੰਗ ਗੂੜਾ ਸੰਤਰੀ ਹੁੰਦਾ ਹੈ ਜਦੋਂ ਕਿਸਾਨ ਵੀਰ ਇਸ ਦੀ ਮੰਡੀਕਰਨ ਕਰਦੇ ਹਨ ਤਾਂ ਤਕਰੀਬਨ ਉਹਨਾਂ ਨੂੰ ਇਸ ਦਾ 70-80 ਰੁਪਏ ਵੱਧ ਰੇਟ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਆਦਾ ਮਿਲ ਜਾਂਦਾ ਹੈ ਸੋ ਉਸ ਤੋਂ ਬਾਅਦ ਇੱਕ ਹੋਰ ਕਿਸਮ ਹੈ ਡਕੇਸੀ 9108 ਉਹ ਵੀ ਤਕਰੀਬਨ ਉਹਦਾ ਵੀ ਬੂਟੇ ਦਰਮਿਆਨੇ ਕੱਦ ਦੇ ਹੁੰਦੇ ਹਨ ਛੱਲੀਆਂ ਵੀ ਦਰਮਿਆਨੀ ਉਚਾਈ ਤੇ ਲੱਗਦੀਆਂ ਹਨ ਤੇ ਉਸ ਦੀਆਂ ਛੱਲੀਆਂ ਥੋੜੀਆਂ ਜਿਆਦਾ ਮੋਟਾਈ ਵਾਲੀਆਂ ਹੁੰਦੀਆਂ ਹਨ ਜਿਸ ਤੋਂ ਕਿ ਦਾਣਿਆਂ ਦਾ ਝਾੜ 32 ਕੁੰਟਲ ਪ੍ਰਤੀ ਏਕੜ ਮਿਲਦਾ ਹੈ ਤੇ ਇਹ ਸਾਰੀਆਂ ਕਿਸਮਾਂ ਤਕਰੀਬਨ 4 4 ਮਹੀਨਿਆਂ ਦੇ ਵਿੱਚ 120 ਤੋਂ 22 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਸੋ ਇਨ੍ਹਾਂ ਕਿਸਮਾਂ ਤੋਂ ਇਲਾਵਾ ਦੋ ਹੋਰ ਕਿਸਮਾਂ ਜਿਵੇਂ ਕਿ ਪੀਐਮਐਚ 8 ਤੇ ਪੀਐਮਐਚ 7 ਇਹ ਵੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਿਸਮਾਂ ਹਨ ਜਿਨ੍ਹਾਂ ਦਾ ਝਾੜ ਤਕਰੀਬਨ 31 ਕੁਇੰਟਲ ਹੈਗਾ ਪੀਐਮਐਚ 8 ਦਾ ਤੇ ਪੀਐਮਐਚ 7 ਤੋਂ 30 ਕੁਇੰਟਲ ਦਾਣਿਆਂ ਦਾ ਝਾੜ ਮਿਲ ਜਾਂਦਾ ਹੈ ਸੋ ਇਹ ਸਾਰੀਆਂ ਕਿਸਮਾਂ ਜੇ ਕਿਸਾਨ ਵੀਰ ਬਸੰਤ ਬਹਾਰ ਰੋਦੀ ਮੱਕੀ ਦੀ ਕਾਸ਼ਤ ਵਾਸਤੇ ਵਰਤਦੇ ਹਨ ਤਾਂ ਉਹ ਇਸ ਤੋਂ ਵੱਧ ਤੋਂ ਵੱਧ ਝਾੜ ਲੈ ਸਕਦੇ ਹਨ ਸੋ ਡਾਕਟਰ ਸਾਹਿਬ ਇਹ ਤਾਂ ਸੀ ਗੱਲ ਕਿਸਮਾਂ ਬਾਰੇ ਜੋ ਕਿ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸਾਡੇ ਕਿਸਾਨ ਵੀਰਾਂ ਨੂੰ ਦਿੱਤੀਆਂ ਨੇ ਸੋ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਇਹਨਾਂ ਕਿਸਮਾਂ ਬਾਰੇ ਵੀ ਇਹਨਾਂ ਦੀ ਬਜਾਈ ਦਾ ਜਿਹੜਾ ਡਾਕਟਰ ਸਾਹਿਬ ਠਕਮਾ ਸਮਾਂ ਕੀ ਹੈ ਕਿਉਂਕਿ ਜਿਹੜੀ ਬਜਾਈ ਤੋਂ ਹੀ ਜਿਹੜੀ ਨੀਂ ਸ਼ੁਰੂ ਹੁੰਦੀ ਹੈ ਜੀ ਸੋ ਸਹੀ ਟਾਈਮ ਤੇ ਬਜਾਈ ਨਾ ਕੀਤੀ ਤਾਂ ਉਹ ਜਿਹੜਾ ਉਹਦੀ ਬਿਲਕੁਲ ਉਹਦਾ ਨਤੀਜੇ ਵੀ ਨਤੀਜੇ ਦੇ ਵੀ ਫਰਕ ਪੈਂਦਾ ਜੀ ਸੋ ਸਹੀ ਇਹਨਾਂ ਕਿਸਮਾਂ ਦਾ ਬਜਾਈ ਦਾ ਠਕਮਾ ਸਮਾਂ ਕੀ ਹੈ ਜੀ ਹਾਂਜੀ ਡਾਕਟਰ ਸਾਹਿਬ ਇਹ ਤੁਸੀਂ ਬਹੁਤ ਸਹੀ ਕੁਐਸਚਨ ਕੀਤਾ ਜਿਹੜਾ ਕਿ ਬਹਾਰ ਰੁੱਤ ਦੀ ਮੱਕੀ ਦੇ ਵਿੱਚ ਬਿਜਾਈ ਦਾ ਸਮੇਂ ਦਾ ਬਹੁਤ ਠੁਕਮਾ ਸਮਾਂ ਹੈ ਜਿਹੜਾ ਕਿ ਆਪਾਂ ਨੂੰ ਹੈਗਾ 20 ਜਨਵਰੀ ਤੋਂ ਲੈ ਕੇ 15 ਫਰਵਰੀ ਦੇ ਵਿੱਚ ਇਸ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਵੈਸੇ ਤਾਂ ਹੁਣ ਜਿਸ ਤਰ੍ਹਾਂ ਟਾਈਮ ਚੱਲ ਰਿਹਾ ਹੈ ਤਕਰੀਬਨ ਸਾਰੇ ਏਰੀਆ ਦੇ ਵਿੱਚ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਹੋ ਚੁੱਕੀ ਹੈ ਪਰ ਫਿਰ ਵੀ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਬਿਜਾਈ 20 ਜਨਵਰੀ ਤੋਂ ਲੈ ਕੇ 15 ਫਰਵਰੀ ਦੇ ਵਿੱਚ ਵਿੱਚ ਪੂਰੀ ਕੀਤੀ ਜਾਵੇ। ਜਦੋਂ ਹੀ ਆਪਾਂ 15 ਫਰਵਰੀ ਤੋਂ ਲੇਟ ਇਸ ਦੀ ਬਿਜਾਈ ਕਰਦੇ ਆ ਤਾ ਫੇਰ ਇਸ ਦੇ ਝਾੜ ਤੇ ਅਸਰ ਪੈਂਦਾ ਕਿਉਂਕਿ ਜਿਆਦਾ ਲੇਟ ਬਜਾਈ ਕਰਨ ਨਾਲ ਤਾਪਮਾਨ ਦੇ ਜਦੋਂ ਵਧਦਾ ਹੈ ਤਾਂ ਉਸ ਟਾਈਮ ਬੂਰ ਪੈਣ ਦੀ ਜਦੋਂ ਆਉਂਦੇ ਆ ਤਾਂ ਬੂਰ ਜਿਆਦਾ ਗਰਮੀ ਕਰਕੇ ਸੁੱਕ ਜਾਂਦਾ ਹੈ ਤੇ ਉਹਦੇ ਵਿੱਚ ਦਾਣੇ ਬਣ ਦੀ ਕਿਰਿਆ ਤੇ ਅਸਰ ਪੈਂਦਾ ਹੈ ਤੇ ਉਹਦੇ ਨਾਲ ਸਿੱਧਾ ਉਹਦੀ ਝਾੜ ਤੇ ਅਸਰ ਪੈਂਦਾ ਹੈ ਸੋ ਕਿਸਾਨ ਵੀਰ ਇਹਨੂੰ ਇਹ ਧਿਆਨ ਦੇਣ ਦੀ ਲੋੜ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਦੀ ਬਜਾਈ ਤਕਰੀਬਨ 20 ਜਨਵਰੀ ਤੋਂ ਲੈ ਕੇ 15 ਫਰਵਰੀ ਦੇ ਵਿੱਚ ਵਿੱਚ ਕੀਤੀ ਜਾਵੇ ਸੋ ਡਾਕਟਰ ਸਾਹਿਬ ਅੱਜਕੱਲ ਜਿਵੇਂ ਕਿ ਬੀਜਾਂ ਦੀ ਸੋਧ ਦੀ ਹਰ ਜਿਹੜੀ ਫਸਲ ਦੇ ਵਿੱਚ ਲੋੜ ਹੁੰਦੀ ਹੈ ਜੀ ਸੋ ਹਰ ਫਸਲ ਨੂੰ ਲਗਭਗ ਬੀਜਾਂ ਦੀ ਜਿਹੜੀ ਸੋਧ ਕਰਕੇ ਫੇਰ ਹੀ ਖੇਤ ਦੇ ਵਿੱਚ ਜਿਹੜਾ ਬੀਜਿਆ ਜਾਂਦਾ ਸੋ ਮੱਕੀ ਦੀ ਫਸਲ ਦੇ ਵਿੱਚ ਜਿਹੜੀ ਬੀਜ ਸੋਧ ਦੀ ਕਿੰਨੀ ਲੋੜ ਹੈ ਜੀ ਅ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਕਿਸਾਨ ਵੀਰਾਂ ਨੂੰ ਵੱਦ ਤੋਂ ਵੱਧ ਝਾੜ ਕਿੱਥੋਂ ਮਿਲ ਸਕਦਾ ਹੈ ਕਿਹੜੀਆਂ ਮੇਨ ਜ਼ਰੂਰੀ ਚੀਜ਼ਾਂ ਹਨ ਜਿਨ੍ਹਾਂ ਦਾ ਆਪਾਂ ਨੂੰ ਤਿਆਰ ਰੱਖਣਾ ਹੈ ਸੋ ਉਹਦੇ ਵਿੱਚ ਜਿਹੜੀ ਮੱਕੀ ਦੇ ਬੀਜ ਦੀ ਸੋਧਾ ਉਹ ਵੀ ਬਹੁਤ ਜ਼ਰੂਰੀ ਹੈ ਸੋ ਜੇ ਆਪਾਂ ਬੀਜ ਨੂੰ ਚੰਗੀ ਤਰ੍ਹਾਂ ਸੋਧ ਕੇ ਇਹ ਬੀਜਿਆ ਜਾਵੇ ਤਾਂ ਉਹ ਉਹਦੇ ਨਾਲ ਕੀ ਹੋਊਗਾ ਕਿ ਬੂਟਿਆਂ ਦੀ ਗਿਣਤੀ ਖੇਤ ਦੇ ਵਿੱਚ ਪੂਰੀ ਰਹੂਗੀ ਕਿਉਂਕਿ ਜਦੋਂ ਆਪਾਂ ਮੱਕੀ ਨੂੰ ਬਹਾਰ ਰੁੱਤ ਦੇ ਵਿੱਚ ਲਾਉਂਦੇ ਆ ਤਾਂ ਇਹਦੇ ਵਿੱਚ ਇੱਕ ਜੋ ਸਭ ਤੋਂ ਵੱਧ ਕੀੜੇ ਦਾ ਨੁਕਸਾਨ ਹੁੰਦਾ ਹੈ ਉਹ ਹੈ ਸ਼ੂਟ ਫਲਾਈ ਜਿਆ ਆ ਪਾਉ ਨੂੰ ਕਹਿੰਦੇ ਆ ਸ਼ਾਕ ਦੀ ਮੱਖੀ ਸੋ ਉਹ ਪੌਦਿਆਂ ਦਾ ਬਹੁਤ ਨੁਕਸਾਨ ਕਰਦੀ ਹੈ ਉਹ ਤਕਰੀਬਨ ਕਰਦੀ ਵੀ ਉਸ ਸਟੇਜ ਤੇ ਜਦੋਂ ਪੌਦੇ ਦੀ ਉਮਰ ਬਹੁਤ ਛੋਟੀ ਜਿਸ ਤਰ੍ਹਾਂ ਜਿਹਾ 3 ਤੋਂ 7 ਦਿਨਾਂ ਦੀ ਉਮਰ ਦੇ ਪੌਦੇ ਤੇ ਇਹ ਨੁਕਸਾਨ ਕਰਦੀ ਹੈ ਉਸ ਨਾਲ ਪੱਤੇ ਦੇ ਉੱਤੇ ਮੋਰੀਆਂ ਪੈ ਜਾਂਦੀਆਂ ਹਨ ਤੇ ਪੱਤੇ ਦੇ ਗੋਭ ਸੁੱਕ ਬੂਟੇ ਦੀ ਗੋਭ ਸੁੱਕ ਜਾਂਦੀ ਹੈ ਔਰ ਬੂਟਿਆਂ ਦੀ ਅ ਗਿਣਤੀ ਘਟ ਜਾਂਦੀ ਹੈ ਸੋ ਮੱਕੀ ਜਿਸ ਤਰ੍ਹਾਂ ਪਤਾ ਹੈ ਕਿ ਬੂਟਿਆਂ ਦੀ ਦੀ ਗਿਣਤੀ ਦਾ ਖੇਤ ਦੇ ਵਿੱਚ ਪੂਰਾ ਹੋਣਾ ਬਹੁਤ ਜ਼ਰੂਰੀ ਹੈ ਉਸ ਕਰਕੇ ਸੋ ਚਾਹੀਦਾ ਹੈ ਕਿ ਆਪਾਂ ਬੀਜ ਨੂੰ ਹਮੇਸ਼ਾ ਸੋਧ ਕੇ ਬੀਜੀਏ ਸੋ ਉਸ ਕੀੜੇ ਦੀ ਹਮਲੇ ਤੋਂ ਬਚਣ ਵਾਸਤੇ ਮੱਕੀ ਨੂੰ ਆਪਾਂ ਮੱਕੀ ਦੇ ਬੀਜ ਨੂੰ ਆਪਾਂ ਗੋਚੋ ਦਵਾਈ ਹੈ ਜਿਹੜੀ ਕਿ ਮਾਰਕੀਟ ਦੇ ਵਿੱਚ इजीली ਮਿਲਦੀ ਹੈਗੀ ਆ ਸੋ ਉਹਦੇ ਵਾਸਤੇ ਆਪਾਂ 6 ਐਮ ਐਲ ਗੋਚੋ ਦਵਾਈ 600 ਐਫ ਐਸ ਵਾਲੀ ਉਹਨੂੰ ਪ੍ਰਤੀ 1 ਕਿਲੋ ਬੀਜ ਦੇ ਪਰ 6 ਐਮਐਲ ਦਵਾਈ ਨਾਲ ਸੋਧ ਕੇ ਬੀਜिए ਸੋ ਜਦੋਂ ਇਸ ਦਵਾਈ ਨਾਲ ਆਪਾਂ ਬੀਜ ਨੂੰ ਸੋਧ ਲੈਣਾ ਉਹਨੂੰ ਛਾਵੇਂ ਰੱਖ ਕੇ ਸੁਕਾ ਲਈਏ ਤੇ ਇਸ ਸੋਧੇ ਹੋਏ ਬੀਜ ਨੂੰ ਆਪਾਂ 14 ਦਿਨ ਦੇ ਵਿੱਚ ਵਿੱਚ ਇਸ ਦੀ ਬਿਜਾਈ ਕਰ ਸਕਦੇ ਆ ਸੋ ਜਦੋਂ ਇਹ ਬੀਜ ਨੂੰ ਆਪਾਂ ਇਸ ਗੋੱਚ ਦਵਾਈ ਨਾਲ ਸੋਧ ਲੈਣੇ ਹੈ ਤਾਂ ਜਿਹੜੀ ਸ਼ੂਟ ਫਲਾਈ ਜਾਂ ਛਾਕ ਦੀ ਮੱਕੀ ਦਾ ਹਮਲਾ ਇਸਤੇ ਕਾਫੀ ਘਟ ਜਾਂਦਾ ਹੈ ਸੋ ਇਸ ਕਰਕੇ ਜੇ ਬੂਟਿਆਂ ਦੀ ਗਿਣਤੀ ਖੇਤ ਦੇ ਵਿੱਚ ਪੂਰੀ ਰਹੇ ਤਾਂ ਕਿਸਾਨ ਵੀਰ ਉਸ ਤੋਂ ਆਪਣਾ ਵੱਧ ਤੋਂ ਵੱਧ ਝਾੜ ਲੈ ਸਕਦੇ ਸੋ ਡਾਕਟਰ ਸਾਹਿਬ ਇਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈ ਬਜਾਈ ਦੇ ਢੰਗ ਸੋ ਅਲੱਗ-ਅਲੱਗ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਉਹਨਾਂ ਦੇ ਬਜਾਈ ਦੇ ਢੰਗ ਅਲੱਗ-ਅਲੱਗ ਨੇ ਕੁਝ ਕੁ ਫਸਲਾਂ ਨੂੰ ਜਿਵੇਂ ਸੀਡ ਬੈੱਡ ਤੇ ਜਿਵੇਂ ਉਸ ਸਾਹਮਣੇ ਬਣਾ ਬੀਜਿਆ ਜਾਂਦਾ ਜੀ ਕੁਝ ਨੂੰ ਵੱਟਾਂ ਤੇ ਜਿਹੜਾ ਗ로우 ਕੀਤਾ ਜਾਂਦਾ ਸੋ ਫਸਲ ਦੇ ਹਿਸਾਬ ਨਾਲ ਜਿਹੜੀ ਬਜਾਈ ਦੇ ਢੰਗ ਅਲੱਗ-ਅਲੱਗ ਜਿਹੜੀ ਯੂਨੀਵਰਸਿਟੀ ਵੱਲੋਂ ਜਿਹੜੇ ਸਵਾਰਸ਼ ਕੀਤੇ ਗਏ ਹਨ ਸੋ ਮੱਕੀ ਦੀ ਫਸਲ ਹੈ ਕਿਹੜਾ ਜਿਹੜਾ ਟੰਗ ਹੈ ਸਾਡੀ ਯੂਨੀਵਰਸਿਟੀ ਨੇ ਸफारਿਸ਼ ਕੀਤਾ ਤਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਝਾੜ ਮਿਲ ਸਕੇ ਤੇ ਮੁਨਾਫਾ ਹੋ ਸਕੇ ਸੋ ਇਹ ਬਹਾਰ ਉਤ ਦੀ ਕਾਸ਼ਤ ਵਾਸਤੇ ਵੀ ਯੂਨੀਵਰਸਿਟੀ ਵੱਲੋਂ ਖਾਸ ਤਰੀਕੇ ਦੀ ਸਿਫਾਰਿਸ਼ ਕੀਤੀ ਗਈ ਹੈ ਸੋ ਬਹਾਰ ਉਤ ਵਿੱਚ ਮੱਕੀ ਨੂੰ ਕਾਸ਼ਤ ਸਫਲਤਾਪੂਰਨ ਕਾਸ਼ਤ ਵਾਸਤੇ ਇਸ ਨੂੰ ਆਪਾਂ ਵਟਾ ਬਣਾ ਕੇ ਜਾਂ ਬੈੱਡ ਬਣਾ ਕੇ ਇਸ ਦੀ ਕਾਸ਼ਤ ਕਰ ਸਕਦੇ ਹਾਂ ਵਟਾਂ ਜਿਹੜੀਆਂ ਬਣਾਉਣੀਆਂ ਆ ਉਹ ਆਪਾਂ ਚੜ੍ਹਦੇ ਤੋਂ ਲਹਿੰਦੇ ਜਾਂ ਆਪਾਂ ਉਹਨੂੰ ਕਹਿੰਦੇ ਪੂਰਬ ਤੋਂ ਪੱਛਮ ਵਾਲੇ ਪਾਸੇ ਬਣਾਉਣੀਆਂ ਹਨ ਤੇ ਉਹਦੀ ਦੱਖਣੀ ਬਾਹੀ ਤੇ ਬਜਾਈ ਕਰਨੀ ਹੈ ਦਖਣੀ ਬਾਹੀ ਦਾ ਮਤਲਬ ਹੈ ਕਿਉਂਕਿ ਉਸ ਉਹ ਦਖਣੀ ਬਾਹੀ ਵਟਾਂ ਦੀ ਜਿਆਦਾ ਦਿਨ ਸਾਰਾ ਦਿਨ ਧੁੱਪ ਨੂੰ ਧੁੱਪ ਵਾਲੇ ਪਾਸੇ ਹੁੰਦੀ ਹੈ ਸੋ ਉਸ ਪਾਸੇ ਜਦੋਂ ਆਪਾਂ ਬੀਜ ਨੂੰ ਬੀਜਦੇ ਹਾਂ ਤਾਂ ਉਸਤੇ ਉਸ ਪਾਸੇ ਉਹਨੂੰ ਜਿਆਦਾ ਤਾਪਮਾਨ ਹੋਣ ਕਰਕੇ ਜਲਦੀ ਬੀਜ ਦਾ ਜੰਮ ਹੁੰਦਾ ਹੈ ਅਤੇ ਬੂਟੇ ਦਾ ਵਾਧਾ ਵੀ ਉਸ ਪਾਸੇ ਜਿਆਦਾ ਹੁੰਦਾ ਹੈ ਇਸੇ ਤਰ੍ਹਾਂ ਹੀ ਵਟਾਂ ਦੇ ਤਰ੍ਹਾਂ ਦੀ ਆਪਾਂ ਬੈਡਾਂ ਵੀ ਬਣਾ ਸਕਦੇ ਹਾਂ ਸੋ ਵੱਟ ਤੋਂ ਵੱਟ ਦਾ ਫਾਸਲਾ ਤਕਰੀਬਨ 2 ਫੁੱਟ ਜਾਂ ਆਪਾਂ 60 ਸੈਂਟੀਮੀਟਰ ਕਹਿੰਦੇ ਆ ਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਤੇ ਜੇ ਆਪਾਂ ਕਿਸਾਨ ਵੀਰ ਬੈਡਾਂ ਤੇ ਬਿਜਾਈ ਕਰਦੇ ਹਨ ਤਾਂ ਉਸ ਵਾਸਤੇ ਆਪਾਂ ਬੈਡਾਂ ਦੀ ਚੜਾਈ ਜਿਹੜੀ ਹੈ ਉਹ 56.5 ਸੈਂਟੀਮੀਟਰ ਹੋਣੀ ਚਾਹੀਦੀ ਹੈ ਤੇ ਬੂਟੇ ਤੋਂ ਬੂਟੇ ਦਾ ਫਾਸਲਾ 18 ਸੈਂਟੀਮੀਟਰ ਹੋਣਾ ਚਾਹੀਦਾ ਸੋ ਦੋਨੋਂ ਟੰਗਾ ਨਾਲ ਜਦੋਂ ਆਪਾਂ ਬਿਜਾਈ ਕੀਤੀ ਜਾਂਦੀ ਹੈ ਤਾਂ ਤਕਰੀਬਨ 30000 ਬੂਟੇ ਖੇਤ ਦੇ ਵਿੱਚ 1 ਏਕੜ ਵਿੱਚ ਪਾਈ ਜਾਂਦੇ ਹਨ ਸੋ ਜੇ ਕਿਸਾਨ ਵੀ 33000 ਬੂਟੇ ਜਿਵੇਂ ਕਿ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਇਹਨੇ ਪੂਰੇ ਬੂਟਿਆਂ ਦੀ ਗਿਣਤੀ ਦਾ ਖੇਤ ਦੇ ਵਿੱਚ ਧਿਆਨ ਰੱਖਿਆ ਜਾਵੇ ਤਾਂ ਕਿਸਾਨ ਵੀ ਉਸ ਤੋਂ ਆਪਣਾ ਪੂਰਾ ਝਾੜ ਲੈ ਸਕਦੇ ਆ ਤੇ ਪੂਰਾ ਮੁਨਾਫਾ ਲੈ ਸਕਦੇ ਸੋ ਡਾਕਟਰ ਸਾਹਿਬ ਜਿਵੇਂ ਤੁਸੀਂ ਹੁਣ ਦੱਸ ਰਹੇ ਸੀ ਕਿ ਵੀ ਜਿਹੜੀ ਇਹਨਾਂ ਦਾ ਜਿਹੜਾ ਵਕਫਾ ਜਿਹੜਾ ਹੁੰਦਾ ਹੈ ਜਿਹੜਾ ਇਹਨਾਂ ਦਾ ਪੌਦੇ ਤੋਂ ਪੌਦੇ ਦਾ ਜਿਹੜਾ ਸਾਨੂੰ ਜਿਹੜਾ ਡਿਸਟੈਂਸ ਉਹ ਮੇਨਟੇਨ ਰੱਖਣਾ ਚਾਹੀਦਾ ਸੋ ਸਾਡੇ ਕਿਸਾਨ ਵੀਰਾਂ ਨੂੰ ਇਸ ਚੀਜ਼ ਦੇ ਨੁਕਸਾਨ ਜ਼ਰੂਰ ਦੱਸ ਦਿਓ ਜੀ ਵੀ ਜੇ ਉਹ ਸਹੀ ਜਿਹੜਾ ਇਹਨਾਂ ਦੇ ਪੌਦੇ ਤੋਂ ਪੌਦੇ ਤੋਂ ਜਿਹੜਾ ਵਕਫਾ ਹੁੰਦਾ ਜੀ ਉਹ ਨਹੀਂ ਰੱਖਦੇ ਤਾਂ ਉਹਨਾਂ ਚੀਜ਼ਾਂ ਨਾਲ ਸਾਡ ਨੂੰ ਨੁਕਸਾਨ ਕੀ ਹੋ ਸਕਦਾ ਜੀ ਤਾਂ ਕਿ ਸਾਡੇ ਕਿਸਾਨ ਵੀ ਇਸ ਚੀਜ਼ ਨੂੰ ਇਸ ਚੀਜ਼ ਲਈ ਬਹੁਤ ਜ਼ਿਆਦਾ ਸਤਰਕ ਰਹਿਣ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਜਿਸ ਤਰ੍ਹਾਂ ਮੱਕੀ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਬੂਟਿਆਂ ਦੀ ਗਿਣਤੀ ਦਾ ਖੇਤ ਦੇ ਵਿੱਚ ਪੂਰਾ ਹੋਣਾ ਜੇ ਆਪਾਂ ਉਹਨੂੰ ਪੂਰੇ ਸਹੀ ਫਾਸਲੇ ਤੇ ਨਹੀਂ ਬਿਜਾਈ ਕਰਦੇ ਤਾਂ ਮੱਕੀ ਦੇ ਬੂਟਿਆਂ ਦੀ ਗਿਣਤੀ ਘਟ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਦੇਖਣ ਚਾਹਿਆ ਹੈ ਕਿ ਜੇ ਆਪਾਂ ਇੱਕ ਹੀ ਬੂਟੇ ਤੋਂ ਇੱਕ ਅਸਰਦਾਰ ਛੱਲੀ ਤੋਂ ਪੂਰਾ ਝਾੜ ਮਿਲਦਾ ਹੈ ਜੇ ਬੂਟਿਆਂ ਦੀ ਗਿਣਤੀ ਘਟ ਜਾਊਗੀ ਤਾਂ ਆਪਾਂ ਨੂੰ ਉਹਨੀਆਂ ਹੀ ਛੱਲੀਆਂ ਘਟ ਜਾਣਗੀਆਂ ਖੇਤ ਦੇ ਵਿੱਚ ਤੇ ਉਹਨਾਂ ਦਾ ਅਸਰ ਸਿੱਧਾ ਹੀ ਝਾੜ ਤੇ ਪੈਂਦਾ ਹੈ ਸੋ ਕਨਕੇ ਦਾ ਝੋਨੇ ਵਾਂਗੂ ਤਾਂ ਇਸ ਦਾ ਨਹੀਂ ਹੈਗਾ ਕਿ ਆਪਾਂ ਜਿਵੇਂ ਉਹਦੇ ਵਿੱਚ ਤਾਂ ਥੱਲੋ ਹੋਰ ਸ਼ਾਖਾਂ ਫੁੱਟਿਆਉਂਦੀਆਂ ਹਨ ਸੋ ਇਹਦੇ ਵਿੱਚ ਇੱਕ ਬੂਟੇ ਤੋਂ ਇੱਕ ਹੀ ਛੱਲੀ ਬੰਨੀ ਹੈ ਜੇ ਉਹ ਬੂਟਿਆਂ ਦੀ ਗਿਣਤੀ ਖੇਤ ਵਿੱਚ ਪੂਰੀ ਨਹੀਂ ਹੁੰਦੀ ਤਾਂ ਫਿਰ ਉਹ ਆਪਾਂ ਨੂੰ ਉਹਦਾ ਸਿੱਧਾ ਅਸਰ ਛਾੜਤੇ ਪੈਂਦਾ ਹੈ ਜੇ ਆਪਾਂ فاਸਲਾ 20 ਤੋਂ 20 ਸੈਂਟੀਮੀਟਰ ਜਾਂ 18 ਸੈਂਟੀਮੀਟਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਬੈਡਾਂ ਤੇ ਜਦੋਂ ਬਜਾਈ ਕਰਨੀ ਹੈ ਜੇ ਉਹ ਸਹੀ ਨਹੀਂ ਹੁੰਦਾ ਤਾਂ ਫਿਰ ਉਹਦੇ ਨਾਲ ਕੀ ਹੈ ਬੂਟਿਆਂ ਦੀ ਗਿਣਤੀ ਘਟ ਜਾਂਦੀ ਹੈ ਤੇ ਉਹਦੇ ਨਾਲ ਉਹਦੇ ਝਾੜ ਤੇ ਅਸਰ ਪੈਂਦਾ ਸੋ ਡਾਕਟਰ ਸਾਹਿਬ ਇਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਅੱਜਕੱਲ ਕਿਸਾਨ ਵੀਰਾਂ ਤੋਂ ਖਰਚਾ ਜ਼ਿਆਦਾ ਕਰਵਾਉਂਦੀਆਂ ਨੇ ਤੇ ਕਈ ਕਿਸਾਨ ਵੀਰਾਂ ਨੂੰ ਅਣਜਾਣੇ ਚ ਨਜਾਇਜ਼ ਖਰਚਾ ਜਿਹੜਾ ਉਹ ਕਰ ਜਾਂਦੇ ਨੇ ਸੋ ਗੱਲ ਕਰੀਏ ਆਪਾਂ ਨਦੀਨਾ ਬਾਰੇ ਚ ਸੋ ਨਦੀਨਾ ਦੀ ਜਿਹੜੀ ਜਿਹੜਾ ਇਹਨਾਂ ਤੇ ਅਟੈਕ ਆ ਮੱਕੀ ਦੀ ਫਸਲ ਤੇ ਉਹ ਡਾਕਟਰ ਸਾਹਿਬ ਕਿੰਨਾ ਕੁ ਹੁੰਦਾ ਕਿੰਨਾ ਕੁ ਜਿਹੜਾ ਨੁਕਸਾਨ ਕਰ ਸਕਦਾ ਹੁੰਦਾ ਤੇ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਵੀ ਕਿਹੜੀਆਂ ਕਿੜੀਆਂ ਜਿਹੜੀਆਂ ਸਫਾਰਸ਼ਾਂ ਨੇ ਜਾਂ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਡੇ ਕਿਸਾਨ ਵੀ ਧਿਆਨ ਰੱਖਣ ਤਾਂ ਕਿ ਨਦੀਨਾ ਨੂੰ ਹੋਣ ਤੋਂ ਬਚਾਇਆ ਜਾ ਸਕੇ ਜੇ ਹੋ ਜਾਣ ਤਾਂ ਉਹਨਾਂ ਦੀ ਰੋਕਥਾਮ ਉਹ ਕਿਵੇਂ ਕਰਨੀ ਮੱਕੀ ਦੇ ਵਿੱਚ ਨਦੀਨਾ ਦੀ ਵੀ ਰੋਕਥਾਮ ਲਈ ਬਹੁਤ ਜ਼ਰੂਰੀ ਧਿਆਨ ਦੇਣ ਵਾਲੀ ਗੱਲ ਹੈ ਕਿਉਂਕਿ ਨਦੀਨ ਮੱਕੀ ਦੇ ਬੂਟਿਆਂ ਦੇ ਨਾਲ ਪਾਣੀ ਵਾਸਤੇ ਪੋਸ਼ਟਿਕ ਤੱਤਾਂ ਵਾਸਤੇ ਉਹਨਾਂ ਦੇ ਨਾਲ ਕੰਪੀਟੀਸ਼ਨ ਕਰਦੇ ਹਨ ਜੇ ਉਹ ਖੇਤ ਦੇ ਵਿੱਚ ਹਨ ਤਾਂ ਬੂਟੇ ਦਾ ਵਾਧੇ ਘਟ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਤੇ ਉਹਦੇ ਨਾਲ ਉਹਦਾ ਸਿੱਧਾ ਝਾੜ ਤੇ ਅਸਰ ਪੈਂਦਾ ਹੈ ਸੋ ਇਹ ਚਾਹੀਦਾ ਹੈ ਕਿਸਾਨ ਵੀਰਾਂ ਨੂੰ ਕਿ ਉਹਦੀ ਟਾਈਮ ਸਰ ਉਹਦੇ ਆ ਨਦੀਨਾਂ ਦੀ ਰੋਕਥਾਮ ਕੀਤੀ ਜਾਵੇ ਕਿਉਂਕਿ ਜਦੋਂ ਸ਼ੁਰੂ ਦੇ ਵਿੱਚ ਆਪਾਂ ਮੱਕੀ ਬੀਜਦੇ ਹਾਂ ਜੇ ਬੂਟੇ ਛੋਟੇ ਹਨ ਤੇ ਉਸੇ ਟਾਈਮ ਨਦੀਨਾਂ ਨਾਲ ਉਹਨਾਂ ਦਾ ਕੰਪੀਟੀਸ਼ਨ ਹੋ ਜਾਂਦਾ ਹੈ ਤਾਂ ਫਿਰ ਉਸ ਟਾਈਮ ਉਹਨਾਂ ਦੇ ਬੂਟਿਆਂ ਨੂੰ ਕਾਫੀ ਕਮਜ਼ੋਰ ਪੈ ਜਾਂਦੇ ਹਨ ਸੋ ਉਹਦੇ ਵਾਸਤੇ ਯੂਨੀਵਰਸਿਟੀ ਵੱਲੋਂ ਐਟਰਾਟਾਫ ਦਵਾਈ ਜਿਹੜੀ ਕਿ 50 ਡਬਲਯੂਪੀ ਤਾਕਤ ਦੀ ਸਿਫਾਰਿਸ਼ ਕੀਤੀ ਗਈ ਹੈ ਇਹ ਬਹੁਤ ਹੀ ਅਸਰਦਾਰ ਦਵਾਈ ਹੈ ਇਸ ਦੇ ਨੂੰ ਜੇ ਆਪਾਂ ਹਲਕੀਆਂ ਜ਼ਮੀਨਾਂ ਤੇ ਭਾਰੀਆਂ ਦੋਨਾਂ ਜ਼ਮੀਨਾਂ ਦੇ ਵਿੱਚ ਇਹਦਾ ਇਹਨੂੰ ਵਰਤ ਸਕਦੇ ਆ ਸੋ ਹਲਕੀਆਂ ਜ਼ਮੀਨਾਂ ਵਿੱਚ ਜੇ ਦਵਾਈ ਵਰਤਣੀ ਹੈ ਤਾਂ ਉਸ ਵਾਸਤੇ ਆਪਾਂ 500 ਗ੍ਰਾਮ ਐਟਾਟਾਫ ਦਵਾਈ 50 ਡਬਲਯੂਪੀ ਤਾਕਤ ਵਾਲੀ 200 ਲੀਟਰ ਪਾਣੀ ਵਿੱਚ ਘੋਲ ਕੇ ਇਹਨੂੰ ਜਦੋਂ ਆਪਾਂ ਬਜਾਈ ਕਰਨੀ ਹੈ ਤਾਂ ਉਸ ਦੇ ਤਕਰੀਬਨ 10 ਦਿਨਾਂ ਦੇ ਅੰਦਰ ਅੰਦਰ ਬਜਾਈ ਦੇ ਆਪਾਂ ਇਹਦਾ ਛਿੜਕਾ ਕਰ ਦੇਣਾ ਹੈ ਇਸੀ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਰੀਆਂ ਜ਼ਮੀਨਾਂ 'ਚ ਆਪਾਂ ਇਹਦੀ ਥੋੜੀ ਜੀ ਮਾਤਰਾ ਵੱਧ ਪਾਉਣੀ ਹੈ ਉਹਦੇ ਵਿੱਚ ਆਪਾਂ 800 ਗ੍ਰਾਮ ਦਵਾਈ ਦੀ ਮਾਤਰਾ ਨੂੰ ਇਹਦੇ ਵਿੱਚ ਇਸੇ ਤਰ੍ਹਾਂ ਹੀ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਬਜਾਈ ਦੇ 10 ਦਿਨਾਂ ਦੇ ਅੰਦਰ ਛੜਕਾ ਕਰ ਦੇਣਾ ਹੈ ਤਾਂ ਕਿ ਨਦੀਨਾਂ ਦਾ ਇਹ ਬੜਾ ਹੀ ਅਸਰਦਾਰਕ ਕੰਟਰੋਲ ਕਰ ਲੈਂਦੀ ਹੈ ਬਿਲਕੁਲ ਜੀ ਸੋ ਡਾਕਟਰ ਸਾਹਿਬ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਖਾਦਾਂ ਬਾਰੇ ਸੋ ਮਾਰਕੀਟ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਖਾਦਾਂ ਨੇ ਅਲੱਗ-ਅਲੱਗ ਜਿਹੜੀਆਂ ਕੰਪਨੀਆਂ ਸਾਡੇ ਕਿਸਾਨਾਂ ਨੂੰ ਜਿਹੜੀਆਂ ਖਾਦਾਂ ਪ੍ਰੋਵਾਈਡ ਕਰਵਾ ਰਹੀਆਂ ਨੇ ਸੋ ਖਾਦਾਂ ਦਾ ਸਾਡੀ ਜਿਹੜੀ ਮੱਕੀ ਦੀ ਜਿਹੜੀ ਫਸਲ ਆ ਉਹਦੇ ਵਿੱਚ ਕਿੰਨਾ ਕੁ ਜ਼ਿਆਦਾ ਜਿਹੜੀ ਅਹਿਮੀਅਤ ਹੈ ਤਾਂ ਕਿ ਜੋ ਵੀ ਇਹ ਜਿਹੜੀਆਂ ਖਾਦਾਂ ਨੇ ਕਿੰਨਾ ਕੁ ਜ਼ਿਆਦਾ ਇਹ ਪ੍ਰਭਾਵਿਤ ਕਰਦੀਆਂ ਨੇ ਜਿਹੜੀ ਇਹਦੀ ਕਾਸ਼ਤ ਨੂੰ ਇਹਦੀ ਜਿਹੜੀ ਪ੍ਰੋਡਕਸ਼ਨ ਨੂੰ ਸੋ ਖਾਦਾਂ ਪਾਉਣੀਆਂ ਕਿਵੇਂ ਚਾਹੀਦੀਆਂ ਨੇ ਜੀ ਉਹਨਾਂ ਬਾਰੇ ਸਾਡੇ ਕਿਸਾਨ ਵੀ ਰਣ ਜ਼ਰੂਰ ਦੱਸੇ ਹਾਂਜੀ ਇਹ ਬਹੁਤ ਜ਼ਰੂਰੀ ਹੈ ਕਿ ਮੱਕੀ ਨੂੰ ਆਪਾਂ ਸਹੀ ਮਾਤਰਾ ਦੇ ਵਿੱਚ ਸਹੀ ਖਾਦ ਦੀ ਲੋੜ ਪੈਂਦੀ ਹੈ ਤੇ ਉਹਨੂੰ ਆਪਾਂ ਜੇ ਸਹੀ ਸਮੇਂ ਤੇ ਮੱਕੀ ਦੇ ਬੂਟਿਆਂ ਨੂੰ ਸਹੀ ਟਾਈਮ ਸਮੇਂ ਤੇ ਸਹੀ ਕਰਮਾਉਦੀ ਮਾਤਰਾ ਖਾਦਾਂ ਦੀ ਦੇ ਦਿੱਤੀਏ ਤਾਂ ਉਹਦਾ ਪੂਰਾ ਉਹਨਾਂ ਨੂੰ ਫਾਇਦਾ ਹੁੰਦਾ ਹੈ। ਸੋ ਇੰਨਾਂ ਖਾਦਾਂ ਦੇ ਵਿੱਚ ਆਉਂਦੀ ਹੈ ਯੂਰੀਆ ਯੂਰੀਆ 110 ਕਿਲੋ ਆਪਾਂ ਮੱਕੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੇ ਹੈ। ਉਸ ਤੋਂ ਬਾਅਦ ਆਪਣੀ ਹੈਗੀ ਫਾਸਫੋਰਸ ਉਹ ਡੀਏਪ ਜਿਹੜੀ ਕਿ 55 ਕਿਲੋ ਤੇ ਮਿਊਰੇਟ ਆਫ ਪੋਟਾਸ਼ ਜਿਹ ਪੋਟਾਸ਼ ਜਿਹੜੀ ਕਿ 20 ਕਿਲੋ ਪੋਟਾਸ਼ ਆਪਾਂ ਖੇਤ ਦੇ ਵਿੱਚ ਤਾਂ ਹੀ ਪਾਉਣੀ ਹੈ ਜੇ ਆਪਣੀ ਮਿੱਟੀ ਦੇ ਵਿੱਚ ਪੋਟਾਸ਼ ਤੱਤ ਦੀ ਘਾਟ ਪਾਈ ਜਾਂਦੀ ਹੈ ਆਪਾਂ ਮਿੱਟੀ ਦੇ ਵਿੱਚ ਪੋਟਾਸ਼ ਦੀ ਤੱਤ ਦੀ ਟੈਸਟ ਕਰਾਉਣਾ ਹੈ ਜੇ ਉਸ ਤੱਤ ਦੀ ਮਿੱਟੀ ਦੇ ਵਿੱਚ ਘਾਟ ਹੈ ਤਾਂ ਹੀ ਆਪਾਂ ਮਿਊਰ ਟਾਪ ਪੋਟਾਸ਼ ਦੀ ਵਰਤੋਂ ਕਰਨੀ ਹੈ ਨਹੀਂ ਤਾਂ ਉਸ ਦੀ ਵਰਤੋਂ ਕਰਨ ਦੀ ਲੋੜ ਨਹੀਂ ਤੇ ਇਸ ਤੋਂ ਬਾਅਦ ਜੇ ਫਾਸਫੋਰਸ ਤੱਤ ਲਈ ਆਪਾਂ ਡੀਏਪੀ ਦੀ ਮਾਤਰਾ ਡੀਏਪੀ ਵਰਤਣੀ ਹੈ ਤਾ 55 ਕਿਲੋ ਡੀਏਪ ਪਾਉਣ ਤੋਂ ਬਾਅਦ ਆਪਾਂ ਯੂਰੀਆ ਜਿਹੜੀ ਕਿ ਮੈਂ ਤੁਹਾਨੂੰ ਦੱਸੀ ਹੈ 110 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਤਾਂ ਜੇ 55 ਕਿਲੋ ਡੀਏਪ ਪਾਉਣੀ ਹੈ ਤਾਂ ਯੂਰੀਆ ਆਪਾਂ 90 ਕਿਲੋ ਪਾਉਣੀ ਹੈ ਉਦੋਂ ਆਪਾਂ 20 ਕਿਲੋ ਯੂਰੀਆ ਦੀ ਮਾਤਰਾ ਘੱਟ ਕਰ ਦੇਣੀ ਹੈ ਸੋ ਇਹ ਜ਼ਰੂਰੀ ਹੈ ਕਿ ਆਪਾਂ ਦੇਖਣਾ ਕਿ ਫਾਸਫੋਰਸ ਵਾਸਤੇ ਆਪਾਂ ਕਿਸ ਸੀਦ ਦੇ ਆਪਾਂ ਪਾ ਰਹੇ ਹਾਂ ਜੇ ਡੀਏਪ ਵਰਤਣੀ ਹੈ ਤਾਂ ਉਸ ਹਿਸਾਬ ਨਾਲ ਹੀ ਆਪਾਂ ਨੂੰ ਯੂਰੀਆ ਦੀ ਮਾਤਰਾ ਪਾਉਣ ਦੀ ਸਿਫਾਰਿਸ਼ ਕਰਨੀ ਹੈ ਬਾਕੀ ਇਹ ਹੈਗਾ ਕਿ ਆਪਾਂ ਦੇਖਣਾ ਕਿ ਆਪਾਂ ਇਹਨਾਂ ਖਾਦਾਂ ਨੂੰ ਪਾਉਣਾ ਕਿਸ ਤਰ੍ਹਾਂ ਹੈ ਇਹਦੇ ਵਿੱਚ ਇਹ ਹੈਗਾ ਕਿ ਜਿੰਨੀ ਵੀ ਆਪਣੀ ਡੀਏਪੀ ਹੈ ਤੇ ਪੋਟਾਸ਼ ਹੈ ਤੇ ਤੀਸਰਾ ਹਿੱਸਾ ਯੂਰੀਆ ਦਾ ਆਪਾਂ ਬਜਾਈ ਵੇਲੇ ਹੀ ਪਾ ਦੇਣਾ ਹੈ ਉਸ ਤੋਂ ਬਾਅਦ ਜਿਹੜੀ ਰਹਿੰਦੀ ਯੂਰੀਆ ਉਹਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਪਾਉਣਾ ਹੈ ਇੱਕ ਇੱਕ ਹਿੱਸਾ ਉਹਨ ਤੋਂ ਪਾਉਣਾ ਹੈ ਜਦੋਂ ਫਸਲ ਗੋਡੇ-ਗੋਡੇ ਹੋ ਜਾਵੇ ਤੇ ਦੂਸਰਾ ਹਿੱਸਾ ਉਹਨ ਤੋਂ ਪਾਉਣਾ ਹੈ ਜਦੋਂ ਇਸ ਵਿੱਚ ਬੂਰ ਪੈਣ ਦਾ ਕਿਰਿਆ ਸ਼ੁਰੂ ਹੋ ਜਾਵੇ ਸੋ ਇਹਨਾਂ ਤਿੰਨਾਂ ਸਟੇਜਾਂ ਦੇ ਉੱਤੇ ਆਪਾਂ ਯੂਰੀਆ ਦੀ ਸਿਫਾਰਿਸ਼ ਕਰਨੀ ਹੈ ਡਾਕਟਰ ਸਾਹਿਬ ਸਾਡੇ ਕੁਝ ਕਿਸਾਨ ਵੀਰ ਜਿਹੜੇ ਹੁੰਦੇ ਨੇ ਉਹ ਖਾਦਾਂ ਦਾ ਖਾਦਾਂ ਨੂੰ ਨਾ ਜਿਆਦਾ ਮਾਤਰਾ ਦੇ ਵਿੱਚ ਖੇਤ ਵਿੱਚ ਪਾ ਦਿੰਦੇ ਨੇ ਸ਼ਾਇਦ ਉਹਨਾਂ ਨੂੰ ਇਸ ਚੀਜ਼ ਦਾ ਭਰਮ ਹੁੰਦਾ ਵੀ ਜੈਦ ਖਾਦ ਪਾਉਣ ਨਾਲ ਜਿਹੜਾ ਮੁਨਾਫਾ ਜਾਂ ਜਿਹੜਾ ਝਾੜ ਉਹ ਉਹਨਾਂ ਨੂੰ ਵੱਧ ਮਿਲੇਗਾ ਸੋ ਇਸ ਚੀਜ਼ ਬਾਰੇ ਸਾਡੇ ਕਿਸਾਨ ਵੀਰ ਉਹਨਾਂ ਨੂੰ ਜਰੂਰ ਦੱਸੋ ਵੀ ਜੇ ਉਹ ਖਾਦ ਖੇਤ ਦੇ ਵਿੱਚ ਜਿਆਦਾ ਪਾਉਂਦੇ ਨੇ ਜੀ ਇਸ ਚੀਜ਼ ਨਾਲ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਸ ਤਰ੍ਹਾਂ ਕਿ ਜੇ ਆਪਾਂ ਲੋੜ ਅਨਸਾਰ ਹੀ ਤੱਤਾਂ ਦੇ ਜੋ ਜ਼ਮੀਨ ਨੂੰ ਜਿਸ ਦੀ ਜ਼ਰੂਰਤ ਹੈ ਉਹੀ ਪਾਈਏ ਤਾਂ ਹੀ ਕਿਸਾਨ ਵੀਰੋ ਫਾਇਦਾ ਹੈ ਨਹੀਂ ਤਾਂ ਜ਼ਿਆਦਾ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਜੇ ਆਪਾਂ ਯੂਰੀਆ 110 ਕਿਲੋ ਹੀ ਸਿਫਾਰਿਸ਼ ਹੈ ਤਾਂ ਉਹੀ ਕਿਉਂਕਿ ਇਹ ਸਾਰੀ ਪਰਖ ਦੀਨ ਹੀ ਸਿਫਾਰਿਸ਼ ਕੀਤੀ ਗਈ ਹੈ ਜੇ ਇਸ ਤੋਂ ਵੱਧ ਆਪਾਂ ਯੂਰੀਆ ਦੀ ਮਾਤਰਾ ਦੀ ਵਰਤੋਂ ਕਰਦੇ ਆ ਤਾਂ ਉਹ ਖੇਤ ਦੇ ਵਿੱਚ ਉਸ ਦਾ ਕੋਈ ਫਾਇਦਾ ਨਹੀਂ ਹੈ ਬੂਟਿਆਂ ਨੇ ਉਨੀ ਹੀ ਲੈਣੀ ਹੈ ਜਿੰਨੀ ਕਿ ਸਿਫਾਰਿਸ਼ ਕੀਤੀ ਗਈ ਹੈ ਸੋ ਕਿਸੇ ਵੀ ਚੀਜ਼ ਨੂੰ ਜਦੋਂ ਆਪਾਂ ਵੱਧ ਪਾਉਣੇ ਆ ਉਸ ਤੇ ਜ਼ਿਆਦਾ ਆਪਾਂ ਖਰਚਾ ਹੀ ਕਰ ਰਹੇ ਆ ਉਸ ਦਾ ਕੋਈ ਫਾਇਦਾ ਨਹੀਂ ਹੈ ਬਟ ਉਹਦੇ ਨਾਲ ਕੀ ਆਪਣੇ ਖਰਚੇ ਦੇ ਵਿੱਚ ਹੀ ਜ਼ਿਆਦਾ ਵਾਧਾ ਹੋ ਰਿਹਾ ਹੈ ਉਹਦੇ ਨਾਲ ਲਾਭ ਘਟ ਰਿਹਾ ਸੋ ਚਾਹੀਦਾ ਹੈ ਕਿ ਜੋ ਸਿਫਾਰਿਸ਼ ਕੀਤੀਆਂ ਮਾਤਰਾ ਹੈ ਖਾਦਾਂ ਦੀਆਂ ਉਹੀ ਵਰਤੀਆਂ ਜਾਣ ਉਸ ਤੋਂ ਵੱਧ ਨਾ ਵਰਤੀਆਂ ਸੋ ਕਿਸਾਨ ਵੀਰੋ ਡਾਕਟਰ ਸਾਹਿਬ ਨੇ ਆਪਾਂ ਨੂੰ ਬਹੁਤ ਜਿਹੜੀ ਜ਼ਰੂਰੀ ਗੱਲ ਦੱਸੀ ਹੈ ਵੀ ਖਾਦਾਂ ਨੂੰ ਸਹੀ ਮਾਤਰਾ ਦੇ ਵਿੱਚ ਵਰਤਣਾ ਚਾਹੀਦਾ ਜਿਹੜੀ ਯੂਨੀਵਰਸਿਟੀ ਆ ਉਹ ਖਾਦਾਂ ਨੂੰ ਜਿਹੜੇ ਡਾਕਟਰ ਸਾਹਿਬ ਦੱਸ ਰਿਹਾ ਵੀ ਐਕਸਪੈਰੀਮੈਂਟ ਕਰਕੇ ਟਰਾਇਲ ਕਰਕੇ ਫੇਰ ਹੀ ਜਿਹੜੇ ਕਿਸਾਨ ਵੀਰਾਂ ਨੂੰ ਸਿਫਾਰਿਸ਼ ਕਰਦੀ ਹੈ ਤੇ ਉਸ ਤੋਂ ਵੱਧ ਜਾਂ ਘੱਟ ਪਾਉਣ ਦੇ ਮਸਲੇ ਦੇ ਵਿੱਚ ਆਪਾਂ ਨੂੰ ਉਲਝਣ ਦੀ ਲੋੜ ਨਹੀਂ ਹੈ ਸੋ ਡਾਕਟਰ ਸਾਹਿਬ ਇਸ ਤੋਂ ਬਾਅਦ ਸਿੰਚਾਈ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਵੀ ਸਿੰਚਾਈ ਦੇ ਸਬੰਧੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਹਾਂਜੀ ਜੇ ਵੀ ਬਹਾਰ ਰੋਦੀ ਜੇ ਆਪਾਂ ਸਫਲਤਾਪੂਰਨ ਕਾਸ਼ਤ ਕਰਨੀ ਹੈ ਤਾਂ ਇਹਦੇ ਵਿੱਚ ਜਦੋਂ ਆਪਾਂ ਫਸਲ ਨੂੰ ਸਹੀ ਸਮੇਂ ਸਰ ਕਦੋਂ ਪਾਣੀ ਲਾਉਣਾ ਉਹ ਵੀ ਬਹੁਤ ਧਿਆਨ ਦੇਣ ਦੀ ਗੱਲ ਹੈ ਜਿਸ ਤਰ੍ਹਾਂ ਕਿ ਜਦੋਂ ਆਪਾਂ ਬਿਜਾਈ ਕਰਨੀ ਹੈ ਉਸ ਟਾਈਮ ਮੌਸਮ ਕਾਫੀ ਠੰਡਾ ਹੁੰਦਾ ਹੈ ਉਸ ਤੋਂ ਪਹਿਲਾ ਪਾਣੀ ਜਿਹੜਾ ਆਪਾਂ ਤਕਰੀਬਨ ਮੌਸਮ ਦੇ ਆਧਾਰ ਤੇ ਬਰਖਾ ਦੇਖ ਕੇ ਜਾਂ ਬਾਰਿਸ਼ ਵੇਖ ਕੇ 20-25 ਦਿਨਾਂ ਦੇ ਵਿੱਚ ਵਿੱਚ ਪਹਿਲਾ ਪਾਣੀ ਲਾਉਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਅਗਲੇ ਪਾਣੀ ਹੈ 10 ਅਪ੍ਰੈਲ ਤੱਕ ਆਪਾਂ ਤਕਰੀਬਨ ਹਰ ਦੋ ਹਫ਼ਤੇ ਬਾਅਦ ਇੱਕ ਪਾਣੀ ਲਾਉਣਾ ਹੈ ਪਰ ਜਿਸ ਤਰ੍ਹਾਂ ਹੀ ਅਪ੍ਰੈਲ ਤੋਂ ਬਾਅਦ ਤਾਪਮਾਨ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਤਕਰੀਬਨ ਆਪਾਂ ਜਦੋਂ ਤੱਕ ਫਸਲ ਪੱਕਦੀ ਹੈ ਆਪਾਂ ਹਰ ਹਫਤੇ ਦੇ ਬਾਅਦ ਇੱਕ ਪਾਣੀ ਦੇਣਾ ਹੈ ਸੋ ਇਹਨਾਂ ਇਸ ਤਰ੍ਹਾਂ ਦੇ ਨਾਲ ਆਪਾਂ ਤਕਰੀਬਨ ਜਿਵੇਂ ਜਿਵੇਂ ਤਾਪਮਾਨ ਵਧਦਾ ਓਵੇਂ ਓਵੇਂ ਆਪਾਂ ਪਾਣੀ ਦੀ ਉਹਦੇ ਖੇਤਾਂ ਦੇ ਵਿੱਚ ਜੀ ਜ਼ਰੂਰਤ ਪੂਰੀ ਕਰ ਲਈ ਹੈ ਇੱਕ ਹੋਰ ਇਹਦੇ ਵਿੱਚ ਬਾਹਰ ਉੱਦੀ ਮੱਕੀ ਦੇ ਵਿੱਚ ਬਹੁਤ ਧਿਆਨ ਦੇਣ ਦੀ ਗੱਲ ਹੈਗੀ ਹੈ ਕਿ ਜਦੋਂ ਮੱਕੀ ਦੇ ਵਿੱਚ ਬੂਰ ਪੈਂਦਾ ਹੈ ਜਦੋਂ ਬਹਾਰੁੱਤ ਦੇ ਵਿੱਚ ਕਾਫੀ ਤਾਪਮਾਨ ਦੇ ਵਿੱਚ ਵਾਧਾ ਹੋ ਜਾਂਦਾ ਹੈ ਸੋ ਉਸ ਸਮੇਂ ਇਹ ਜ਼ਰੂਰ ਯਕੀਨੀ ਬਣਾਇਆ ਜਾਵੇ ਕਿਸਾਨ ਵੀਰਾਂ ਵੱਲੋਂ ਕਿ ਖੇਤ ਨੂੰ ਸੁੱਕਾ ਨਾ ਲੱਗਣ ਦਿੱਤਾ ਜਾਵੇ ਕਿਉਂਕਿ ਤਾਪਮਾਨ ਦੇ ਵਧਣ ਦੇ ਨਾਲ ਬੂਰ ਸੁੱਕ ਜਾਂਦਾ ਹੈ ਤੇ ਸੁੱਕ ਬੂਰ ਸੁੱਕਣ ਹੋਣ ਕਾਰਨ ਦਾਣਿਆਂ ਦੇ ਪੈਣ ਦੇ ਸਮੱਸਿਆ ਆ ਸਕਦੀ ਹੈ ਜਿਸ ਨਾਲ ਝਾੜ ਤੇ ਕਾਫੀ ਨੁਕਸਾਨ ਹੋ ਸਕਦਾ ਸੋ ਕਿਸਾਨ ਵੀਰੋ ਇਹ ਜ਼ਰੂਰ ਧਿਆਨ ਦਿੱਤਾ ਜਾਵੇ ਜਦੋਂ ਵੀ ਇਹਦੇ ਵਿੱਚ ਬੂਰ ਪੈਣ ਦੀ ਕਿਰਿਆ ਸ਼ੁਰੂ ਹੋਣੀ ਹੈ ਜਾਂ ਸੂਤ ਕੱਤਣ ਦੀ ਕਿਰਿਆ ਸ਼ੁਰੂ ਹੋਣੀ ਹੈ ਤਾਂ ਉਸ ਵਿੱਚ ਉਹਨੂੰ ਲਗਾਤਾਰ ਖੇਤ ਨੂੰ ਪਾਣੀ ਦੇਣਾ ਚਾਹੀਦਾ ਹੈ ਤਾਂ ਕਿ ਖੇਤ ਦੇ ਵਿੱਚ ਨਮੀ ਪੂਰੀ ਕਾਇਮ ਰਹੇ ਡਾਕਟਰ ਸਾਹਿਬ ਸਾਡੇ ਕਿਸਾਨ ਵੀਰਾਂ ਦੇ ਵਿੱਚ ਬੇਬੀ ਕਾਰਨ ਦਾ ਅੱਜਕੱਲ ਥੋੜਾ ਜਿਹਾ ਰੁਝਾਨ ਜਿਹੜਾ ਆ ਰਿਹਾ ਕਿਉਂਕਿ ਇਹ ਬਹੁਤ ਮੇਰੇ ਖਿਆਲ ਵੀ ਸਪੈਸ਼ਲ ਜਿਹੜੀ ਇਹ ਇੱਕ ਮੱਕੀ ਆ ਸੋ ਇਸ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੋ ਇਹਦੀ ਕਾਸ਼ਤ ਬਾਰੇ ਵੀ ਸਾਡੇ ਕਿਸਾਨ ਵੀਰਾਂ ਨੂੰ ਕਰਨੀ ਚਾਹੀਦੀ ਹੈ ਕਿਸ ਲੈਵਲ ਤੇ ਕਰਨੀ ਚਾਹੀਦੀ ਹੈ ਸੋ ਬੇਬੀ ਕਾਰਨ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਚੰਗਣਾ ਪਵੇ ਹਾਂਜੀ ਇਹ ਬਹੁਤ ਅੱਜਕੱਲ੍ਹ ਕਿਸਾਨ ਵੀਰਾਂ ਦਾ ਰੁਝਾਨ ਬੇਬੀ ਕੌਰ ਬਾਰੇ ਕਾਫੀ ਪ੍ਰਚਲਿਤ ਹੋ ਰਿਹਾ ਹੈ ਸੋ ਬੇਬੀ ਕੌਰ ਹੁੰਦੀ ਕੀ ਹੈ ਬੇਬੀ ਕੌਰ ਉਹ ਮੱਕੀ ਹੈ ਉਹ ਸਟੇਜ ਦੀ ਮੱਕੀ ਹੈ ਜਦੋਂ ਆਪਾਂ ਇਹਦੇ ਵਿੱਚ ਸੂਤ ਕੱਤਣ ਦੀ ਕਿਰਿਆ ਸ਼ੁਰੂ ਹੁੰਦੀ ਹੈ ਪਰ ਹਜੇ ਦਾਣੇ ਬਨਣ ਦੀ ਪ੍ਰਕਿਰਿਆ ਸ਼ੁਰੂ ਨਾ ਹੋਈ ਹੋਵੇ ਆਪਾਂ ਉਸੇ ਹੀ ਸਟੇਜ ਤੇ ਮੱਕੀ ਨੂੰ ਤੋੜ ਲੈਣਾ ਹੈ ਉਹਨੂੰ ਆਪਾਂ ਬੇਬੀ ਕੌਰ ਕਹਿੰਦੇ ਆ ਸੋ ਇਸ ਦੀ ਕਾਸ਼ਤ ਵਾਸਤੇ ਯੂਨੀਵਰਸਿਟੀ ਵੱਲੋਂ ਵੀ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜਿਦੇ ਵਿੱਚ ਕਿ ਦੋ ਕਿਸਮਾਂ ਜਿਵੇਂ ਕਿ ਪ੍ਰਕਾਸ਼ ਤੇ ਕੇਸਰੀ ਕੰਪੋਜ਼ਿਟ ਕਿਸਮ ਹੈ ਇਹ ਤੇ ਪ੍ਰਕਾਸ਼ 도ਗਲੀ ਕਿਸਮ ਹੈ ਸੋ ਇਨ੍ਹਾਂ ਕਿਸਮਾਂ ਨੂੰ ਆਪਾਂ ਸਫਲਤਾਪੂਰਵਕ ਕਾਸ਼ਤ ਕਰਕੇ ਇਨ੍ਹਾਂ ਤੋਂ ਚੰਗੀ ਕੁਆਲਿਟੀ ਦੀ ਬੇਬੀ ਕੌਰਨ ਤਿਆਰ ਕਰ ਸਕਦੇ ਆ ਸੋ ਜੇ ਆਪਾਂ ਪ੍ਰਕਾਸ਼ ਕਿਸਮ ਨੂੰ ਬੇਬੀ ਕੌਰਨ ਦੇ ਵਾਸਤੇ ਵਰਤਦੇ ਆ ਤਾਂ ਉਹਦੇ ਤੋਂ ਤਕਰੀਬਨ ਆਪਾਂ ਨੂੰ 7 ਕੁਇੰਟਲ ਝਾੜ ਬੇਬੀ ਕੌਰਨ ਦਾ ਮਿਲਦਾ ਹੈ ਤੇ ਜੇ ਆਪਾਂ ਇਹਨੂੰ ਪ੍ਰਕਾ ਕੇਸਰੀ ਕਿਸਮ ਨੂੰ ਵਰਤਦੇ ਆ ਤਾਂ ਉਹ ਤੋਂ 5.5 ਕੁਇੰਟਲ ਝਾੜ ਬੇਬੀ ਕੌਰਨ ਦਾ ਮਿਲ ਜਾਂਦਾ ਹੈ ਸੋ ਇਹਦੇ ਵਿੱਚ ਕਾਸ਼ਤ ਲਈ ਕੋਈ ਖਾਸ ਜਿਆਦਾ ਦੂਜੀ ਮੱਕੀ ਨਾਲੋਂ ਤਾਂ ਕੋਈ ਖਾਸ ਫਰਕ ਨਹੀਂ ਹੈ ਬਸ ਸਿਰਫ ਇੰਨਾ ਹੈ ਕਿ ਆਪਾਂ ਇਹਦੀ ਕਾਸ਼ਤ ਅਪ੍ਰੈਲ ਮਹੀਨੇ ਤੋਂ ਅਗਸਤ ਮਹੀਨੇ ਤੱਕ ਕਦੋਂ ਮਰਜ਼ੀ ਕਰ ਸਕਦੇ ਆ ਇੱਕ ਖੇਤ ਵਿੱਚ ਦੋ ਫਸਲਾਂ ਵੀ ਲੈ ਸਕਦੇ ਹੈ ਤੇ ਇਹਦੇ ਵਿੱਚ ਜਦੋਂ ਆਪਾਂ ਇਹਦੀ ਬਿਜਾਈ ਕਰਨੀ ਹੈ ਉਹਦੇ ਵਿੱਚ ਤਕਰੀਬਨ ਵੱਟ ਤੋਂ ਵੱਟ ਦਾ ਫਾਸਲਾ 30 ਸੈਂਟੀਮੀਟਰ ਹੋਣਾ ਚਾਹੀਦਾ ਹੈ ਤੇ ਉਹਦੇ ਵਿੱਚ ਜਿਹੜੀ ਬੀਜ ਦੀ ਮਾਤਰਾ ਉਹ ਹੈਗੀ ਆ 16 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਜਦੋਂ ਇਹਦੇ ਵਿੱਚ ਆਪਾਂ ਬੇਬੀ ਕੌਰ ਤੋੜਨੀ ਹੈ ਉਦੋਂ ਆਪਾਂ ਇੱਕ ਬੂਟੇ ਤੋਂ ਤਕਰੀਬਨ 2 ਜਾਂ 3 ਹੀ ਬੇਬੀ ਕੌਰ ਤੋੜਨੀਆਂ ਹਨ ਉਸ ਤੋਂ ਵੱਧ ਨਹੀਂ ਕਿਉਂਕਿ ਉਸ ਤੋਂ ਵੱਧ ਇਹਦੇ ਨਾਲ ਇਹਦੀ ਕੁਆਲਟੀ ਤੇ ਮਾੜਾ ਅਸਰ ਪੈਂਦਾ ਹੈ ਸੋ ਆਪਾਂ ਜਦੋਂ ਬੇਬੀ ਕੌਰ ਤਕਰੀਬਨ 60 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਬੇਬੀ ਕੌਰ ਨੂੰ ਤੋੜਨ ਤੋਂ ਬਾਅਦ ਫਿਰ ਆਪਾਂ ਜੋ ਟਾਣਡੇ ਹਰੇ ਬਚਦੇ ਆ ਆਪਾਂ ਉਹਨੂੰ ਐਜ਼ ਅ ਚਾਰੇ ਦੇ ਤੌਰ ਤੇ ਵੀ ਵਰਤ ਸਕਦੇ ਆ ਜਿਹੜੇ ਕਿ ਡੇਰੀ ਫਾਰਮਿੰਗ ਦੇ ਵਿੱਚ ਕਾਫੀ ਮਦਦਗਾਰ ਹੋ ਸਕਦੇ ਆ ਸੋ ਇੱਕ ਖੇਤ ਦੇ ਵਿੱਚ ਆਪਾਂ ਤਕਰੀਬਨ ਦੋ ਫਸਲਾਂ ਵੀ ਬੇਬੀ ਕੌਰ ਦੀ ਲੈ ਲੈ ਸਕਦੇ ਹਾਂ ਤੇ ਇਹ ਆਪਾਂ ਇਹ ਕਿਸਾਨ ਵੀਰਾਂ ਨੂੰ ਇੱਕ ਗੱਲ ਜਿਹੜੀ ਕਿ ਬੇਬੀ ਕੌਰ 'ਚ ਬਹੁਤ ਧਿਆਨ ਦੇਣ ਵਾਲੀ ਹੈ ਕਿ ਆਪਾਂ ਇਹਨੂੰ ਥੋੜੇ-ਥੋੜੇ ਵਕਫੇ ਦੇ ਤੇ ਲਾਉਣਾ ਹੈ ਤਾਂ ਕਿ ਆਪਾਂ ਮੰਗ ਅਨੁਸਾਰ ਇਹਦੀ ਜ਼ਰੂਰਤ ਪੂਰੀ ਕਰਦੇ ਰਹੀਏ ਤੇ ਇਹ ਸਾਰੀਆਂ ਚੀਜ਼ਾਂ ਜੇ ਆਪਾਂ ਧਿਆਨ ਰੱਖੀਏ ਤਾਂ ਆਪਾਂ ਮੇਰਾ ਖਿਆਲ ਕਿਸਾਨ ਵੀਰ ਇਸ ਦੀ ਸਫਲਤਾਪੂਰਨ ਕਾਸ਼ ਕਰਕੇ ਇਸ ਤੋਂ ਚੰਗਾ ਲਾਭ ਲੈ ਸਕਦੇ ਆ ਜੀ ਸੋ ਸਾਰੀ ਵੀਰੋ ਡਾਕਟਰ ਸਾਹਿਬ ਨੇ ਆਪਾਂ ਨੂੰ ਬਹੁਤ ਜਿਹੜੀਆਂ ਜ਼ਰੂਰੀ ਗੱਲਾਂ ਨੇ ਬਹੁਤ ਮਹੱਤਵਪੂਰਨ ਗੱਲਾਂ ਜਿਹੜੀਆਂ ਅੱਜ ਦੱਸਿਆ ਨੇ ਬੇਬੀ ਕਾਰਨ ਬਾਰੇ ਡਾਕਟਰ ਸਾਹਿਬ ਨੇ ਸਪੈਸ਼ਲ ਆਪਾਂ ਨੂੰ ਦੱਸਿਆਗਾ ਵੀ ਇਹ ਕੀ ਹੁੰਦੀ ਹੈ ਇਹ ਇਹਦੀ ਤੜਾਈ ਕਦੋਂ ਕਰਨੀ ਚਾਹੀਦੀ ਹੈ ਜਾਂ ਬਾਕੀ ਜਿਹੜੀਆਂ ਜ਼ਰੂਰੀ ਗੱਲਾਂ ਨੇ ਬੇਬੀ ਕਾਰਨ ਬਾਰੇ ਸੋ ਬਹਾਰ ਰੁੱਤ ਦੀ ਜਿਹੜੀ ਮੱਕੀ ਬਾਰੇ ਵੀ ਡਾਕਟਰ ਸਾਹਿਬ ਨੇ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਜਾਣਕਾਰੀ ਦਿੱਤੀ ਹੈ ਸੋ ਡਾਕਟਰ ਸਾਹਿਬ ਇੱਕ ਜਿਹੜੀ ਇੰਪੋਰਟੈਂਟ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਚਾਹਾਂਗਾ ਮੰਡੀ ਕਰਨ ਕਰਨ ਵੇਲੇ ਸੋ ਦੋ ਤਿੰਨ ਜਿਹੜੀਆਂ ਗੱਲਾਂ ਨੇ ਉਹ ਕਿਹੜੀਆਂ ਜ਼ਰੂਰੀ ਗੱਲਾਂ ਨੇ ਉਹਨਾਂ ਦਾ ਧਿਆਨ ਸਾਡੇ ਕਿਸਾਨ ਵੀ ਰੱਖਣ। ਹਾਂਜੀ ਕਿਸਾਨ ਵੀਰੋ ਜਦੋਂ ਆਪਾਂ ਤੁਸੀਂ ਆਪਣੀ ਫਸਲ ਨੂੰ ਮੰਡੀ ਕਰਨ ਵਾਸਤੇ ਲੈ ਕੇ ਜਾਣਾ ਤਾਂ ਇਹ ਜਰੂਰ ਯਕੀਨੀ ਬਣਾਇਆ ਜਾਵੇ ਕਿ ਆਪਾਂ ਨੂੰ ਸਹੀ ਸਮੇਂ ਤੇ ਉਸ ਦੀ ਤੜਾਈ ਕੀਤੀ ਜਾਵੇ। ਕਿਉਂਕਿ ਆਮ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਵੀਰ ਉਸ ਦੀ ਕਾਸ਼ਤ ਤਾਂ ਸਫਲਤਾਪੂਰਨ ਕਰ ਲੈਂਦੇ ਆ ਪਰ ਉਸ ਤੋਂ ਪੂਰਾ ਮੁਨਾਫਾ ਨਹੀਂ ਲੈ ਸਕਦੇ ਸਿਰਫ ਮੰਡੀਕਰਨ ਦੇ ਵਿੱਚ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਉਹਦੇ ਵਿੱਚ ਇਹ ਹੀ ਹੈ ਕਿ ਜਦੋਂ ਕਿਸਾਨ ਵੀਰ ਗਿੱਲੀ ਫਸਲ ਨੂੰ ਜਾਂ ਗਿੱਲੇ ਦਾਣਿਆਂ ਨੂੰ ਮੰਡੀਕਰਨ ਕਰਦੇ ਆ ਤਾਂ ਉਹਨਾਂ ਨੂੰ ਪੂਰਾ ਉਹਦਾ ਰੇਟ ਨਹੀਂ ਮਿਲਦਾ ਜੀ ਸੋ ਸਾਰੇ ਕਿਸਾਨ ਵੀਰਾਂ ਨੂੰ ਇਹੀ ਗੁਜਾਰਿਸ਼ ਆ ਤਕਰੀਬਨ ਆਪਾਂ ਉਦੋਂ ਮੱਕੀ ਦੀ ਤਣਾਈ ਕਰਨੀ ਹੈ ਜਦੋਂ ਉਹਦੇ ਦਾਣਿਆਂ ਵਿੱਚ 15 ਤੋਂ 20 ਪ੍ਰਤੀਸ਼ਤ ਤੱਕ ਮੋਇਸਚਰ ਦੀ ਉਹਦੇ ਵਿੱਚ ਦਾਣਿਆਂ ਦੇ ਵਿੱਚ ਮਾਇਸ਼ਰ ਹੋਵੇ ਉਹਨੂੰ ਤੋੜਨ ਤੋਂ ਬਾਅਦ ਉਹਦੇ ਦਾਣੇ ਕੱਢਣ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾਇਆ ਜਾਵੇ ਤਾਂ ਕਿ ਸੁੱਕੀ ਹੋਏ ਦਾਣਿਆਂ ਦੀ ਉਹਨਾਂ ਨੂੰ ਮੰਡੀ ਦੇ ਵਿੱਚ ਆਉਦਾ ਪੂਰਾ ਭਾਅ ਲੈ ਸਕੇ ਸੋ ਕਿਸਾਨ ਵੀਰੋ ਇਹ ਸਨ ਡਾਕਟਰ ਗੁਰਜੀਤ ਕੌਰ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸੋ ਆਸ ਕਰਦੇ ਹਾਂ ਕਿਸਾਨ ਵੀਰੋ ਡਾਕਟਰ ਸਾਹਿਬ ਦੁਆਰਾ ਜਿਹੜੀ ਜਾਣਕਾਰੀ ਦਿੱਤੀ ਹੋਈ ਤੁਹਾਡੇ ਜ਼ਰੂਰ ਕੰਮ ਆਏਗੀ ਤੁਸੀਂ ਡਾਕਟਰ ਸਾਹਿਬ ਦੇ ਜਿਹੜੀਆਂ ਨਸੀਹਤਾਂ ਲੈ ਕੇ ਜਿਹੜੀ ਆਪਣੀ ਖੇਤੀਬਾੜੀ ਦਾ ਭਾਰਤੀ ਮੱਕੀ ਦਾ ਦਾਤੇ ਬੇਬੀ ਕੌਰਨ ਦੇ ਵਿੱਚ ਕਾਸ਼ ਦੀ ਮੁਨਾਫਾ ਜਰੂਰ ਵਧਾਓ ਸੋ ਡਾਕਟਰ ਸਾਹਿਬ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਵਿੱਚ ਆਉਣ ਲਈ ਕਿਸਾਨ ਵੀਰੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ